ਸਸ਼ੀਕਲ ਸਾਰਿਆਂ ਨੂੰ ਵੈਲਕਮ ਬੈਕ ਟੂ ਅਵਰ ਦਾ YouTube ਚੈਨਲ ਤੇ ਵੈਲਕਮ ਆ ਤੁਹਾਡੇ ਨਵੇਂ ਵਲੌਗ ਦੇ ਵਿੱਚ। ਇਹ ਵਲੌਗ ਆਪਾਂ ਗੱਡੀ 'ਚ ਜਾਂਦੇ ਸਟਾਰਟ ਕਰ ਰਹੇ ਹਾਂ ਗਾਇਸ, ਕਿਉਂਕਿ ਘਰੋਂ ਆਪਾਂ ਸਟਾਰਟ ਨਹੀਂ ਕੀਤਾ ਸੀ। ਅੱਜ ਅਸੀਂ ਜਾ ਰਹੇ ਹਾਂ, ਕਿੱਥੇ ਜਾ ਰਹੇ ਹਾਂ ਇਹਦਾ ਨੂੰ ਥੰਬਨੇਲ ਤੋਂ ਪਤਾ ਚੱਲ ਗਿਆ ਹੋਊਗਾ, ਬਾਕੀ ਜੇ ਨਹੀਂ ਪਤਾ ਚੱਲਿਆ ਥੰਬਨੇਲ ਦਾ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ, ਤੁਹਾਨੂੰ ਸਾਰਾ ਪਤਾ ਚੱਲ ਜੂਗਾ ਗਾ। ਹਾਂ, ਅਤੇ ਅੱਜ ਮੈਂ ਚੱਲੀ ਹਾਂ ਆਪਣੇ ਇਲਾਕੇ 'ਚ ਮਾਝਾ ਬਲੌਕ। ਸੋ ਕਹਿਣ ਨੂੰ ਇਹ ਮੇਰੀ ਫਰੈਂਡ ਆ, ਬਟ ਇਹ ਸਾਡੇ ਇਲਾਕੇ 'ਚ ਵਿਆਹੀ ਜਾ ਰਹੀ ਹੈ। ਇਹ ਵੀ ਹੁਣ ਮਾਝੇ ਵਾਲੀ ਹੋ ਗਈ ਜੇ, ਹੈ ਨਾ ਜੀ, ਮਾਝੇ ਵਾਲੀ ਹੋ ਗਈ ਜੇ, ਹੋ ਗਈ ਜੇ। ਗਾਇਸ, ਇਹਨਾਂ ਨੂੰ ਦੇਖੋ ਵਿਆਹ 'ਚ ਖਾਣ ਨੂੰ ਨਹੀਂ ਦੇਣਾ ਹੈਗਾ, ਇਸ ਕਰਕੇ ਸਾਰੇ KFC ਤੇ ਖੜੇ ਆ। ਇਹਨਾਂ ਨੂੰ ਭੁੱਖ ਲੱਗੀ, ਭਾਬੀ ਆਵਾਜ਼ ਆ ਜੀ, ਭੁੱਖ ਪਈ ਪਈ ਹੈ ਗਾਇਸ। ਇੱਕ ਕਹਿੰਦਾ ਚੁੱਪ ਕਰ ਜੋ, ਤੇਰੇ ਸਹੁਰਿਆਂ ਨੇ ਕੁਛ ਲਾਇਆ ਨੀ ਉੱਥੇ ਯਾਰ? ਲਾਇਆ ਵਾ, ਹਾਲੇ 2 ਘੰਟੇ ਦੂਰ ਆ। 2 ਘੰਟੇ ਖਾਣ ਨਹੀਂ, ਐਕਚੁਅਲੀ ਆਪਣਾ ਪਹਿਲਾਂ ਨਿਕਲ ਆਇਆ ਤੇ ਉੱਥੇ ਪਹੁੰਚਣਾ ਲੇਟ ਹੈ, ਇਸ ਕਰਕੇ ਟਾਈਮ ਸਪੈਂਡ ਕਰਨ ਲੱਗੇ ਅਸੀਂ। ਮੈਨੂੰ ਨੀ ਪਰ ਪਤਾ ਮੈਂ ਕਿਹੜੇ ਇਲਾਕੇ ਚ ਜਾਣਾ, ਉੱਥੇ ਕਿਹੜੀ ਲੈਂਗੁਏਜ ਤਿਆਰ ਹੋਣੇ ਜੇ, ਮਤਲਬ ਡਿਆ ਡਿਆ ਸ਼ੁਰੂ ਹੋ ਚੁੱਕਿਆ ਵਾ ਨਾਪ ਦਾ। ਚਲੋ ਤੁਹਾਡੇ ਦੀ ਅੱਗੇ ਚਲੋ ਭਾਈ, ਆਓ ਵੇਲੇ ਮਜਾਇਲ ਵਾਲੇ ਗਾਣੇ ਵੀ ਲਾਉਣ ਲੱਗ ਗਏ। ਸੋ ਕੁੱਲ ਮਿਲਾ ਕੇ ਗਾਇਜ਼, ਅਸੀਂ ਪਹੁੰਚ ਚੁੱਕੇ ਹਾਂ ਗੋਲਡਨ ਵਿਊ ਰਿਜ਼ੋਰਟ ਤੇ ਅਸੀਂ ਬਾਹਰ ਹੀ ਖੜੇ ਹਾਂ। ਬਾਹਰ ਕਿਉਂ ਖੜੇ ਹਾਂ? ਬਾਹਰ ਕਿਉਂ ਖੜੇ ਆ ਗਾਇਸ? ਕਿਉਂ ਅਮਰਦਾਪ ਦੀ ਐਂਟਰੀ ਨਹੀਂ ਆ ਉੱਥੇ? ਮੈਨੂੰ ਕਾਰਡ ਨਹੀਂ ਮਿਲਿਆ ਫਿਰ ਵੀ ਆ ਗਈ। ਸੋ ਗਾਇਸ, ਨਹੀਂ ਸੀਰੀਅਸਲੀ ਹੋ ਗਏ, ਦੱਸੋ ਆਪਾਂ ਐਂਟਰੀ ਕਿਉਂ ਨਹੀਂ ਕਰ ਰਹੇ? ਕਿਉਂਕਿ ਅਸੀਂ ਗੱਡੀਆਂ ਇਕੱਠੀਆਂ ਕਰਕੇ ਜਾਣੀਆਂ, ਸਾਡੇ ਅੱਗੇ ਪਿੱਛੇ ਹੈ ਗੱਡੀਆਂ। ਇੱਧਰ ਮੂੰਹ ਕਰਕੇ ਬੋਲੋ ਗਾਇਸ, ਇੱਧਰ ਨੂੰ ਬਸ। ਹੁਣ ਮੰਨੇ ਤੇ ਬਰਾ ਬੋਲੋ, ਮੰਨੇ ਤੁਹਾਡਾ ਵਿਆਹ ਹੈ, ਤੁਸੀਂ ਇੱਧਰ ਨੂੰ ਕਿਉਂ ਨਹੀਂ ਦੇਖਦੇ? ਅੱਜ ਤਾਂ ਸ਼ਗਨ ਆ। ਓ ਹਾਂ, ਸ਼ਗਨ ਅੱਜ ਤਾਂ ਗੱਡੀ ਮੂਰੇ ਉੱਤਰਨੀ ਆ। ਸੋ ਗਾਇਸ, ਤੁਸੀਂ ਦੇਖ ਸਕਦੇ ਆ ਸੋਰੀ, ਅਮਰ ਦੀ ਐਂਟਰੀ ਹੈਗੀ ਨਾ, ਤੇਰੀ ਐਂਟਰੀ ਨੀ ਹੈਗੀ। ਤੈਨੂੰ ਕਮਰੇ ਚ ਵੜਨ ਨੂੰ ਕਿਹਾ ਗਿਆ ਹੈ? ਨਹੀਂ ਗਿਆ, ਮੈਨੂੰ ਸਿੱਧਾ ਕਹਿ ਦਿੱਤਾ ਗਿਆ ਜਾ ਕੇ ਆਪਣੇ ਕਮਰੇ ਚ। ਓਏ ਪਿੰਕੀ ਆ ਗਈ, ਪਿੰਕੀ ਦੇਖ ਸਕਦੇ ਆ, ਐਂਟਰੀ ਹੋਣ ਜਾ ਰਹੀ ਹੈ ਢੋਲ ਦੇ ਨਾਲ, ਪਿੱਛੇ ਡੀਜੇ ਚੱਲਦੇ ਪਏ ਸੀ, ਇਸ ਲਈ ਮੈਂ ਆਪਣੀ ਆਵਾਜ਼ ਇਹਦੇ ਵਿੱਚ ਐਡ ਕਰਦੀ ਹਾਂ। ਸੋ ਤੁਸੀਂ ਮੇਰੀ ਆਵਾਜ਼ ਦੇ ਨਾਲ ਇੰਜੋਏ ਕਰੋ ਇਹ ਵਲੌਗ। ਥੋੜ੍ਹੀ ਜਿਹੀ ਆਵਾਜ਼ ਖਰਾਬ ਆ ਕਿਉਂਕਿ ਚੀਕਾਂ ਬਹੁਤ ਜ਼ਿਆਦਾ ਅਸੀਂ ਮਾਰ ਲਈਆਂ ਸੀਗੀਆਂ। ਲਓ ਜੀ, ਲੁੱਟ ਲਓ, ਲੁੱਟ ਲਓ ਪੈਸੇ, ਲੁੱਟ ਲਓ ਪੈਸੇ, ਲੁੱਟੇ ਗਏ, ਲੁੱਟੇ ਗਏ। ਦੇਖੋ ਕਿਵੇਂ ਪੈਸੇ ਲੁੱਟੇ ਜਾ ਰਹੇ ਆ। ਇਹ ਜਵਾਕ ਵੀ ਬੜੇ ਤੰਗ ਕਰਦੇ ਸਾਰੀਆਂ ਵੀਡੀਓ ਖਰਾਬ ਕਰਨਾ, ਪੈਸੇ ਤੁਸੀਂ ਚੁੱਕਣੇ ਭਰਾ, ਔਰ ਵਿਆਹ ਬਰਾਤੀਆਂ ਨੇ ਤਾਂ ਚੱਕਣੇ ਨਹੀਂ। ਤੂੰ ਥੋੜ੍ਹਾ ਰੁੱਕ ਕੇ ਚੱਲ ਗਾਇਸ, ਤੁਸੀਂ ਮਟਕੇ ਦੇ ਦੇਖਣ ਦੇ ਜੇ ਪਏ ਦੇਖੇ, ਹੁਣ ਇਹਦੇ 'ਚੋਂ ਜਾਦੂ ਨਿਕਲਣਾ ਜਾਦੂ। ਲਓ ਜੀ, ਆਪਾਂ ਕੁੜੀ ਮੁੰਡਾ ਖੜ ਕੇ ਵੇਟ ਕਰਦੇ ਪਏ ਨੇ ਵੀ ਬੜੇ ਬੇਸਬਰੀ ਨਾਲ ਵੀ ਕਦੋਂ ਸਾਡੀ ਐਂਟਰੀ ਕਰਵਾਉਂਦੇ ਆ, ਅਤੇ ਇਹਨਾਂ ਨੇ ਬਹੁਤ ਲੰਬੀ ਵੇਟ ਕਰਵਾਤੀ ਸੀਗੀ। ਅਤੇ ਆ ਹੁਣ ਦੇਖੋ ਨੋਟ ਸੁੱਟੇ ਜਾ ਰਹੇ ਆ, ਇਹਨਾਂ ਨੂੰ ਨੋਟ 'ਚ ਕਦੀ ਪਈ ਰਹਿੰਦੀ, ਸਾਰੀ ਵੀਡੀਓ ਦੀ ਮਾਂ ਭੈਣ ਇੱਕ ਹੋ ਜਾਂਦੀ ਹੈ।
चलो कोई ना वेट करते वेट करते। भाजी भी बड़ी बेसब्री ना वेट करते भी कि वे एंट्री कराते हैं। पर इधर अंकल जी फोटो खिचाने का शौक से कहते रुको रुको इदा कि फोटो खिचा के अंदर जा। सो गाइज बहुत लंबी वेट हो गई है ना, बहुत ज़्यादा वेट कराती फोटोग्राफर की कि नहीं हटते। मैम इधर को देखो सर, इधर को देखो सर, समाइल सर, ऐसे बाजू कर लो सर, ऐसे बाजू। सो इदा हों इन्हें मेरी वीडियो खराब करती है गाइज वेट आ गया। सो हूँ इन्हों की बड़ी सोहनी एंट्री होनी है, मैंने भी एंट्री की बड़ी बेसब्री ना वेट सी क्योंकि मैं भी क्लोज तो वेखना से किमें आ मटके जो रखे ने इन्होंने चुप कि नहीं मिले। सो 1 2 3 स्टार्ट। लो जी गाइज आ गई, आए आए फोक बहुत सोहनी बहुत सोहनी लग रही। कौन कहता व्याह ही कुड़िया ठंड नहीं लगती, इधर ठंड के हिसाब की लग रही कि वह आसरा लैके ठंड लगाई जाती लगा लो भाभी ठंड लगा ला देखो जो डीजे बंद हो जाए पैलेस दे विच ते फिर अपने ही रोले पा लेने क्योंकि पीती गादी च पता थोड़ी लगता की बोलते। सो वेटिंग फॉर डिनर, डिनर करदा हूँ तो ब्रेकफास्ट वर्गा लगन है। एक बज गया रात का गाइस, हूँ असी रोटी पानी हले खानी है। सो उधर कुड़ी मुंडे दे पोज हो जाते जीजा साड़ा थकता ही नहीं पे पोज करा करा है ना भाभी, भाजी थकते ही नहीं पे पोज करा करा। पोज बना सी ना पता नहीं वेट करते पे हूँ तू खा नहीं सकती, हूँ तू खा नहीं सकती, अभी तेरी वेट करते पे कदों तू आऊंगे। थैंक यू ਆਈ ਬੈਣਾ ਕਿ ਕੀ ਹੋਣੇ ਬਿਲਕੁਲ ਬੇਤੀ ਨੋ ਨੇ ਕਰਨ ਵੀ ਰਕੀ ਕਹਿੰਦਾ ਸੀਗਾ ਲੱਚੀ ਬ੍ਰਾਂਡੀ ਲੱਚੀ ਬ੍ਰਾਂਡੀ ਕਿਹੜੀ ਬ੍ਰਾਂਡੀ ਅਮਰ ਕੀ ਕਹਿੰਦਾ ਲੱਚੀ ਬ੍ਰਾਂਡੀ ਫੋਟੀ ਫੋਟੋ ਨੂੰ ਫੋਟੀ ਕਰਵਾਣੀ ਹੈ ਫੋਟੀ ਕਰਨ ਵੀ ਰ ਗੈਸ ਗੁੱਡ ਠੀਕ ਹੈ ਗੈਸ ਗੁੱਡ ਇੰਦਰ ਇੰਦਰ ਅੰਗਰੇਜ਼ੀ ਸੁਣੋ ਅੱਜ ਬਹੁਤ ਕੈਂਡ ਚੱਲ ਰਹੀ ਹੈ फोन भी वीडियो बना वीडियो बना लगी चलो वाहेगुरु जी का खालसा वाहेगुरु जी की फतेह। भाभी बनाती छोटी जी छोटी जी बनाती ਤੇ ਬੰਦੀ ਹੈ ਦਵਾਈ ਤੇ ਤੁਛਾ ਤਾਂ ਆਈ ਨਹੀਂ ਉੱਤੇ ਨਹੀਂ ਕਾਹਨੇ ਤਾਂ ਮੇਰੇ ਬੰਦੀ ਹੈ।
ਲੇਜ਼ਰ ਨੇਲ ਐਕਸਟੈਂਸ਼ਨ ਦਾ ਨਤੀਜਾ ਆ ਦੇਖੋ ਪੂਰੇ ਨੇਲ ਮੈਂ ਰੋਂਦੀ ਰੋਂਦੀ ਹੱਥ ਪੀ ਗਾਈ ਜਾ ਦੇਖੋ ਹੁਣ ਆਪੇ ਧਿਆਨ ਰੋਣ ਹੋਊਗੀ ਥੋੜੀ ਜੀ ਬਹੁਤ ਜ਼ਿਆਦਾ ਵਾ ਮੈਂ ਨਹੀਂ ਬਣਾਉਣਾ ਵਲੌਗ ਬੰਦ ਕਰ ਵਲੌਗ ਦਾ ਛੱਡ ਨਹੀਂ ਲਵਾਲਾ 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 ਬਹੁਤ ਜ਼ਿਆਦਾ ਲਵਾ ਲੱਗ ਗਈ ਆ ਉੱਤੇ ਇੱਕ ਹੋਰ ਲੱਗੂਗਾ ਕੋਟ ਨਹੀਂ 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 ਬੋਲ ਲੱਗ ਤਾ ਚੱਕ ਮੇਰਾ ਇਹਨੂੰ ਮੇਰੇ ਤੇ ਤਰਸ ਨਹੀਂ ਆਉਣੇ ਉੱਤੇ ਛੋਟ ਨਹੀਂ ਲਵਾਲਾ ਅਮਰ ਲਵਾਲਾ ਨਹੀਂ ਯਾਰ ਸੁਣ ਲੱਗੇ ਬਹੁਤ ਜ਼ਿਆਦਾ ਵਾ ਥੋੜਾ ਹੁੰਦਾ ਨਹੀਂ ਬਸ ਛੋੜ ਦੇ ਕੋਈ ਨਹੀਂ ਵੋਮਿਟ ਹੀ ਕਰ ਰਹੀ ਆ ਇਟਸ ਓਕੇ ਠੀਕ ਆ ਮੈਂ ਦੇਖਿਆ ਦਵਾਈ ਦਿੱਤੀ ਆ ਸੀ ਹਾਂ ਇਟਸ ਓਕੇ ਮੈਂ ਦੇਖਿਆ ਉਹਨੂੰ ਇਟਸ ਓਕੇ ਹਲਦੀ ਲਾਈ ਆ ਕਰੋ ਇੱਕ ਵਾਰੀ ਫੇਰ ਹੋ ਉੱਤੇ ਤੇ ਹੋਰ ਵਾਓ ਅੱਗ ਵਾਸਤੇ ਧਿਆਨ ਰੱਖੋ ਆ ਪਾਟਾ ਨਹੀਂ ਲੈਣਾ ਅੱਲ ਤੇ ਮੇਰਾ ਬਰਥਡੇ ਆਉਣ ਰਿਹਾ ਸੀਗਾ ਮੈਂ ਉੱਤੇ ਨੇਲ ਐਕਸਟੈਂਸ਼ਨ ਲਵਾਈ ਹੱਸਣਾ ਮੇਰੀ ਸੱਚੀ ਦਰਦ ਹੋ ਮਜ਼ਾ ਆਉਣ ਡਿਆ ਬਹੁਤ ਗਾਇਸ ਦੇਖ ਮੇਰਾ ਨੇਲ ਦੇ ਨਾਲ ਮਾਸ ਲੱਗ ਰਿਹਾ ਹੁਣ ਨਹੀਂ ਨੇਲ ਐਕਸਟੈਂਸ਼ਨ ਲਵਾਉਣੇ ਕਰਨੀ ਆਪਣੇ ਵਧਾ ਲਾ ਬੰਦ ਕਰ ਦੇ ਕਰਦਾ ਬੰਦ ਸੋ ਗਾਇਸ ਅੱਜ ਦੇ ਵਲੌਗ ਨੂੰ ਇੱਥੇ ਹੀ ਕਰਦੇ ਆਪਾਂ ਖਤਮ ਉਹ ਫੋਨ ਡਿੱਗ ਗਿਆ ਸੋ ਗਾਇਸ ਫੋਨ ਹੀ ਡਿੱਗ ਗਿਆ ਸੀਗਾ ਆਪਣਾ ਅਤੇ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਹਾਂ ਅਤੇ ਫਿਰ ਮਿਲਦੇ ਹਾਂ ਇੱਕ ਨਵੇਂ ਵਲੌਗ ਨਾਲ ਅਤੇ ਗਾਇਸ ਤੁਸੀਂ ਵੇਖ ਸਕਦੇ ਹੋ ਨੇਲ ਨਿਕਲ ਚੁੱਕਿਆ ਪੂਰਾ ਅਤੇ ਜੜ ਤੋਂ ਹੀ ਨਿਕਲ ਗਿਆ ਵਾ ਅਤੇ ਕੁੜੀਓ ਐਕਸਟੈਂਸ਼ਨ ਨਾ ਲਵਾਇਆ ਕਰੋ ਮੇਰਾ ਕੀ ਮੈਂ 20 ਦਿਨਾਂ ਬਾਅਦ ਫਿਰ ਲਵਾ ਲੈਣੀ ਪਰ ਤੁਸੀਂ ਨਹੀਂ ਲਵਾਉਣੀ ਸੋ ਆਪਾਂ ਨਵੇਂ ਵਲੌਗ ਨਾਲ ਤੁਹਾਨੂੰ ਫਿਰ ਮਿਲਦੇ ਹਾਂ ਬਾਏ ਬਾਏ ਟੇਕ ਕੇਅਰ।